ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਕੈਨੇਡਾ 'ਚ ਵੱਖਵਾਦੀ ਐਕਟਿਵ, 4 ਤੋਂ 5 ਦਿਨ 'ਚ ਵੱਡਾ ਹੰਗਾਮਾ ਹੋਣ ਦਾ ਖਦਸ਼ਾ, ਹਿੰਦੂ ਮੰਦਰਾਂ ਦੇ ਪ੍ਰੋਗਰਾਮ ਕੀਤੇ ਗਏ ਰੱਦ। ਬਠਿੰਡਾ ਦੇ ਪਿੰਡ ਰਾਏਕੇ ਕਲਾਂ 'ਚ ਪੁਲਿਸ ਨੇ ਕਿਸਾਨਾਂ ਤੇ ਕੀਤਾ ਲਾਠੀਚਾਰਜ, ਝੋਨੇ ਦੀ ਖਰੀਦ ਨੂੰ ਲੈ ਕੇ ਹੋਇਆ ਵਿਵਾਦ। ਅੰਮ੍ਰਿਤਸਰ 'ਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਗੋਲੀਬਾਰੀ, ਮੁਕਾਬਲੇ ਪਿੱਛੋਂ ਕੁੱਲ 5 ਗੈਂਗਸਟਰ ਕਾਬੂ, 1 ਹੋਇਆ ਜ਼ਖਮੀ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਕੈਨੇਡਾ ਦੇ ਬ੍ਰੈਂਪਟਨ ਤ੍ਰਿਵੈਣੀ ਕਮਿਊਨਿਟੀ ਸੈਂਟਰ ਨੇ ਭਾਰਤੀ ਕੌਂਸਲੇਟ ਦੁਆਰਾ ਆਯੋਜਿਤ ਜੀਵਨ ਸਰਟੀਫਿਕੇਟ ਵੰਡ ਸਮਾਰੋਹ ਨੂੰ ਰੱਦ ਕਰ ਦਿੱਤਾ। ਉਹਨਾਂ ਨੇ ਫੈਸਲਾ ਵੱਖਵਾਦੀਆਂ ਦੀਆਂ ਧਮਕੀਆਂ ਤੇ ਚਿੰਤਾ ਪ੍ਰਗਟ ਕਰਦਿਆਂ ਲਿਆ। ਦਰਅਸਲ ਭਾਰਤੀ ਮੂਲ ਦੇ ਹਿੰਦੂਆਂ ਤੇ ਸਿੱਖਾਂ ਲਈ ਲੋੜੀਂਦੇ ਜੀਵਨ ਸਰਟੀਫਿਕੇਟ ਨਵਿਆਉਣ ਲਈ ਕੌਂਸਲਰ ਕੈਂਪ 17 ਨਵੰਬਰ ਨੂੰ ਨਿਰਧਾਰਿਤ ਕੀਤਾ ਗਿਆ ਸੀ। ਦੱਸ ਦਈਏ ਕਿ ਇਹ ਜਾਣਕਾਰੀ ਬ੍ਰੈਂਪਟਨ ਤ੍ਰਿਵੈਣੀ ਕਮਿਊਨਿਟੀ ਸੈਂਟਰ ਵੱਲੋਂ ਜਾਰੀ ਬਿਆਨ 'ਚ ਦਿੱਤੀ ਗਈ ਹੈ। ਉਹਨਾਂ ਬਿਆਨ 'ਚ ਕਿਹਾ ਕਿ ਬ੍ਰੈਂਪਟਨ ਤ੍ਰਿਵੈਣੀ ਮੰਦਰ ਵਿੱਚ ਹੋਣ ਵਾਲਾ ਲਾਈਫ ਸਰਟੀਫਿਕੇਟ ਸਮਾਗਮ ਰੱਦ ਕਰ ਦਿੱਤਾ ਗਿਆ। ਪੀਲ ਰੀਜਨਲ ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਬਹੁਤ ਹੀ ਖਤਰਨਾਕ ਪੱਧਰ ਦਾ ਹਿੰਸਕ ਪ੍ਰਦਰਸ਼ਨ ਹੋਣ ਵਾਲਾ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਕਾਬਿਲੇ ਗੌਰ ਹੈ ਕਿ 16 ਤੇ 17 ਨਵੰਬਰ ਨੂੰ ਗ੍ਰੇਟਰ ਟੋਰਾਂਟੋ ਏਰੀਆ 'ਚ ਵੱਡੀ ਹਫੜਾ ਦਫੜੀ ਹੋਣ ਦੀ ਸੰਭਾਵਨਾ। ਤ੍ਰਿਵੈਣੀ ਕਮਿਊਨਿਟੀ ਸੈਂਟਰ ਨੇ ਪੀਲ ਪੁਲਿਸ ਨੂੰ ਮੰਦਰ ਦੇ ਖਿਲਾਫ਼ ਮਿਲੀਆਂ ਧਮਕੀਆਂ 'ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਕੈਨੇਡਾ 'ਚ ਰਹਿੰਦੇ ਹਿੰਦੂਆਂ ਅਤੇ ਆਮ ਲੋਕਾਂ ਦੀ ਵੀ ਰੱਖਿਆ ਕਰਨ ਦੀ ਗੱਲ ਕਹੀ ਗਈ ਹੈ। ਪੰਜਾਬ 'ਚ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਤੇ ਸਰਕਾਰ ਵਿਚਾਲੇ ਚੱਲ ਰਹੇ ਖਿੱਚੋਤਾਣ ਦਾ ਸੇਕ ਬਠਿੰਡਾ ਜ਼ਿਲ੍ਹੇ 'ਚ ਵੇਖਣ ਨੂੰ ਮਿਲਿਆ, ਜਿੱਥੇ ਝੋਨੇ ਦੀ ਖਰੀਦ ਨੂੰ ਲੈ ਕੇ ਹੋਏ ਵਿਵਾਦ 'ਚ ਪੁਲਿਸ ਵੱਲੋਂ ਅੰਨੇਵਾਹ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ। ਲਾਠੀਚਾਰਜ ਕਈ ਕਿਸਾਨਾਂ ਦੇ ਫੱਟੜ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਕਿ ਗੁੱਸੇ 'ਚ ਆਏ ਕਿਸਾਨਾਂ ਨੇ ਪੁਲਿਸ ਦੀਆਂ ਕਈ ਗੱਡੀਆਂ ਦੀ ਭੰਨਤੋੜ ਕੀਤੀ ਹੈ। ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਰਾਏਕੇ ਕਲਾਂ ਬਠਿੰਡਾ 'ਚ ਕਿਸਾਨਾਂ ਨੇ ਖਰੀਦ ਇੰਸਪੈਕਟਰ ਦਾ ਘਿਰਾਓ ਕੀਤਾ ਹੋਇਆ ਸੀ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਤਹਿਸੀਲਦਾਰ ਦਾ ਵੀ ਘਿਰਾਓ ਕੀਤਾ ਗਿਆ। ਇਸ ਦੌਰਾਨ ਝੋਨੇ ਦੀ ਖਰੀਦ ਦਾ ਮਾਮਲਾ ਭਖਿਆ, ਜਿਸ ਉਪਰੰਤ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਕਰ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਤੇ ਪੁਲਿਸ ਵੱਲੋਂ ਅੰਨੇਵਾਹ ਲਾਠੀਚਾਰਜ ਕੀਤਾ ਗਿਆ, ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਵੀ ਗੁੱਸੇ 'ਚ ਆ ਕੇ ਪੁਲਿਸ ਦੀਆਂ ਗੱਡੀਆਂ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ। ਜਾਣਕਾਰੀ ਦੇ ਅਨੁਸਾਰ ਝੋਨੇ ਦੀ ਖਰੀਦ ਨੂੰ ਲੈ ਕੇ ਹੋਈ ਪੁਲਿਸ ਤੇ ਕਿਸਾਨਾਂ ਵਿੱਚ ਤਿੱਖੀ ਝੜਪ 'ਚ ਕਈ ਕਿਸਾਨ ਤੇ ਪੁਲਿਸ ਕਰਮਚਾਰੀ ਜ਼ਖਮੀ ਹੋਏ ਨੇ। ਕਿਸਾਨਾਂ ਵੱਲੋਂ ਪਿੰਡ ਰਾਏਕੇ ਕਲਾਂ ਦੀ ਅਨਾਜ ਮੰਡੀ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਵੀ ਸ਼ੁਰੂ ਕਰ ਦਿੱਤਾ ਗਿਆ। ਕੱਲ ਨੂੰ ਸਾਡੀ ਜ਼ਿਲ੍ਹੇ ਦੀ ਮੀਟਿੰਗ ਸੀ ਅਤੇ ਅੱਜ ਅਸੀਂ ਮੰਡੀਆਂ ਦਾ ਰਿਪੋਰਟ ਲੈਣ ਆਏ ਸੀ, ਕੱਲ੍ਹ ਨੂੰ ਰਿਪੋਰਟ ਦੇਣੀ ਸੀ। ਕਿਹੜੀਆਂ ਕਿਹੜੀਆਂ ਮੰਡੀਆਂ ਨੇ ਟਿੱਕਤਾ? ਕਾਲ ਚਰਾਣੀ 'ਚ 80 ਰੁਪਏ ਸੈਲਰ ਮਾਲਕ ਅਤੇ ਆੜਤਕੇ ਲਈ ਜਾਂਦੇ ਆ, ਅਤੇ ਨਾਲ ਪਥਰਾਲੇ 'ਤੇ ਲਈ ਜਾਂਦੇ ਆ 55,000 ਰੁਪਏ, ਅਤੇ 10 ਰੁਪਏ ਗੱਠੇ ਮਗਰ ਕੁਆਟਰ ਮਗਰ ਲੈਂਦੇ ਆ ਉਹ। ਅਤੇ ਨਾਲ ਅਸੀਂ ਰੇਕੇ ਪਿੰਡ 'ਚ ਜਦੋਂ ਪਹੁੰਚੇ ਉੱਥੇ ਕਿਸਾਨ ਕਹਿੰਦੇ ਮਤਲਬ ਝੋਨਾ ਮੁਕਚਰ ਆਈ ਜਾਂਦਾ, ਇੰਸਪੈਕਟਰ ਬੋਲੀ ਨਹੀਂ ਲਾਉਂਦਾ। ਤਾਂ ਜਦੋਂ ਅਸੀਂ ਇੰਸਪੈਕਟਰ ਸਾਹਿਬ ਨਾਲ ਗੱਲ ਕੀਤੀ ਤਾਂ ਉੱਥੇ ਇੱਕ ਆੜਤੀਆ ਜਿਹੜਾ ਰਾਏਕਿਆਂ ਦਾ ਸੁਭਾਸ ਜੈਨ, ਉਹਦਾ ਆਪਦਾ ਸੈਲਰ ਆ ਅਤੇ ਬਾਹਰੋਂ ਵੀ ਬਹੁਤ ਝੋਨਾ ਉਹਨੇ ਸਟਾਇਆ ਹੋਇਆ। ਉਹ ਕਹਿੰਦਾ ਨਿੱਕੀਆਂ ਕਿਸਾਨਾਂ ਤੋਂ ਕਾਰਡ ਵੀ ਮੰਗਦਾ ਅਤੇ ਜਿਹੜਾ ਝੋਨਾ ਆਪ ਛੱਡ ਕੇ ਵੇ ਸੈਲਰ 'ਚ, ਅਤੇ ਸਾਡੇ ਆਗੂ ਜਿਹੜੇ ਜਥੇਬੰਦੀ ਦੇ ਅਤੇ ਨਾਲ ਹੋਰ ਪਿੰਡ ਵਾਲੇ ਵੀਰ
ਉਹ ਕਹਿੰਦੇ ਅਸੀਂ ਕਿਉਂ ਛੱਡ ਕੇ ਆਈਏ ਜਦੋਂ ਸਾਰਾ ਖਰਚਾ ਦੇਣਾ। ਤਾਂ ਅਸੀਂ ਇੰਸਪੈਕਟਰ ਨਾਲ ਗੱਲ ਕੀਤੀ, ਇੰਸਪੈਕਟਰ ਉੱਥੇ ਬੈਠਾ ਸੀਗਾ ਅਤੇ ਜਦੋਂ ਉਹਨੂੰ ਕੋਈ ਜਵਾਬ ਨਹੀਂ ਆਇਆ, ਸਵਾਲ ਨਹੀਂ ਆਇਆ, ਅਸੀਂ ਕਿਹਾ ਵੀ ਮੋਕਚਰ ਇਹਨੂੰ ਮਹੀਨਾ ਮਹੀਨਾ ਹੋ ਗਿਆ 25-25 ਦਿਨ ਬੈਠਿਆਂ ਨੂੰ ਕਿਸਾਨਾਂ ਨੂੰ, ਤਾਂ ਇਹਨਾਂ ਦੀ ਬੋਲੀ ਹੈ ਤਾਂ ਸਾਨੂੰ ਸੁਭਾਸ਼ ਜਹਿਣ ਵਣ ਨਹੀਂ ਦਿੰਦਾ। ਤਾਂ ਜਿਹੜਾ ਉਸ ਬੋਲੀ ਲਾਈ ਸੀ ਗੱਟੇ ਭਰੇ ਸੀ ਅਤੇ ਗੱਟੇ ਵੀ ਉਹ ਸੁਭਾਸ਼ ਜਹਿਣ ਚੱਕ ਕੇ ਲੈ ਗਿਆ। ਅਸੀਂ ਜਦੋਂ ਆਖਿਆ ਤੁਹਾਡੀ ਫਿਰ ਜ਼ਿੰਮੇਵਾਰੀ ਕਾਹਦੀ ਆ, ਸਾਡਾ ਕਿਸਾਨ ਦਾ ਦਾਣਾ ਚੱਕ ਕੇ ਵਿਖਾ ਦੇ ਕੋਈ ਬਿਨਾਂ ਜਾਇਜ਼ ਤੋਂ, ਤੁਸੀਂ ਸਰਕਾਰੀ ਮੁਲਾਜ਼ਮ ਆ, ਤੁਹਾਡਾ ਜੇ ਸੁਭਾਸ਼ ਜਹਿਣ ਚੱਕ ਕੇ ਲੈ ਗਿਆ ਗੱਟੇ, ਫਿਰ ਜ਼ਿੰਮੇਵਾਰੀ ਕੀ ਆ? ਅਸੀਂ ਉਹਦਾ ਘੇਰਾ ਘਰਾਈ ਕੀਤਾ, ਪ੍ਰਸ਼ਾਸਨ ਆ ਗਿਆ, ਪ੍ਰਸ਼ਾਸਨ ਤੋਂ ਬਾਅਦ SDM ਤਹਿਸੀਲਦਾਰ ਆ ਗਏ, ਤਹਿਸੀਲਦਾਰ ਨੂੰ ਅਸੀਂ ਬਹਾਲਿਆ ਉੱਥੇ, ਬਹਾਉਣ ਤੋਂ ਬਾਅਦ ਤਹਿਸੀਲਦਾਰ ਤਾਂ ਉਹਨੇ ਪਹਿਲਾਂ ਕੱਢ ਲਿਆ। ਅਸੀਂ ਰੋਟੀ ਖਾਈ ਜਾਂਦੇ ਬੈਠੇ 7 ਮਈ, 5 ਬੱਸਾਂ ਆਈਆਂ, ਆਉਣ ਸਾਰ ਪਿਛਾਂ ਕੋਈ ਗੱਲਬਾਤ ਨਹੀਂ ਕੀਤੀ ਅਤੇ ਆਉਣ ਸਾਰ ਸਾਡੇ ਪਸ਼ੂਆਂ ਵਾਂਗੂ ਲਾਠੀਚਾਰਜ ਕਿਸਾਨਾਂ 'ਤੇ 7 ਮਈ 'ਤੇ ਕਰਤਾ। ਮੈਨੂੰ ਇਤਲਾਹ ਮਿਲੀ ਸੀ ਜੀ ਕਿ ਸਾਡੇ ਕੁਛ ਰਾਏ ਕੇ ਕੱਲਾਂ ਜਿਹੜਾ ਹੈਗਾ ਕਿਸਾਨ ਯੂਨੀਅਨ ਦਾ ਅਤੇ ਪੰਜਾਬ ਪੁਲਿਸ ਦੇ ਵਿੱਚ ਥੋੜ੍ਹਾ ਆਪਸੀ ਤਕਰਾਰ ਹੋਇਆ ਗਾ, ਜਿਹਦੇ ਸੰਬੰਧ ਵਿੱਚ ਸਾਡੇ ਕੁਛ ਮੁਲਾਜ਼ਮ ਇੰਜਰਡ ਹੋਏ ਆ। ਉਹਦੇ ਰਿਗਾਰਡਿੰਗ ਮੈਂ ਸਿਵਲ ਹੋਸਪਿਟਲ ਬਠਿੰਡਾ ਦੇ ਵਿੱਚ ਪਹੁੰਚਾਂਗਾ, ਜਿੱਥੇ ਮੈਂ ਪਤਾ ਕੀਤਾ ਇੱਥੇ ਸਾਰਾ ਇਨਫੋਰਮੇਸ਼ਨ ਲਈ ਹੈਗੀ ਹੈ ਕਿ ਮੁਲਾਜ਼ਮਾਂ ਤੋਂ ਅਤੇ ਉੱਥੋਂ ਪਿੰਡ ਦੇ ਵਿੱਚੋਂ। ਤਾਂ ਜਿਹੜਾ ਸੀਗਾ ਪਿੰਡ ਰਾਏ ਕੇ ਕਲਾਂ ਦੇ ਵਿੱਚ ਪੈਡੀ ਦੀ ਜਿਹੜੀ ਸੀ ਬੋਲੀ ਲੱਗਣ ਦੇ ਸੰਬੰਧ ਦੇ ਵਿੱਚ ਕਿਸਾਨ ਯੂਨੀਅਨ ਵੱਲੋਂ ਜਿਹੜਾ ਸੀ ਸਾਡਾ ਨੈਬ ਤਹਿਸੀਲਦਾਰ ਸੰਗਤ ਅਤੇ ਇੱਕ ਇੰਸਪੈਕਟਰ ਜਿਹੜੀ ਸੀ ਬੋਲੀ ਲਾਉਣ ਦੇ ਲਈ ਗਏ ਸੀ, ਉਹਦਾ ਘਿਰਾਓ ਕੀਤਾ ਗਿਆ ਸੀਗਾ, ਜਿਹਦੇ ਸੰਬੰਧ ਵਿੱਚ ਸਾਡੇ ਪੁਲਿਸ ਅਫਸਰ ਜਿਹੜੇ ਸਾਡੇ ਕੰਟਰੋਲ 'ਤੇ ਇਤਲਾਹ ਮਿਲੀ ਵੀ ਉੱਥੇ ਜਿਹੜਾ ਹੈਗਾ ਨੈਬ ਤਹਿਸੀਲਦਾਰ ਸਾਹਿਬ 'ਤੇ ਜਿਹੜਾ ਇੰਸਪੈਕਟਰ ਨੂੰ ਘੇਰਿਆ ਗਿਆ ਗਾ, ਜਿਹਦੇ ਸੰਬੰਧ ਵਿੱਚ ਸਾਡੀ ਪੁਲਿਸ ਪਾਰਟੀ ਉੱਥੇ ਮੌਕੇ 'ਤੇ ਪਹੁੰਚੀ। ਤਾਂ ਜਦੋਂ ਪੁਲਿਸ ਪਾਰਟੀ ਨੇ ਜਿਹੜਾ ਸੀ ਉੱਥੇ ਕਿਸਾਨ ਜੋ ਜਿਨ੍ਹਾਂ ਨੇ ਉਹਨਾਂ ਦਾ ਘਿਰਾਓ ਕੀਤਾ ਗਿਆ ਸੀ ਸਾਡੇ ਨੈਬ ਤਹਿਸੀਲਦਾਰ ਸਾਹਿਬ ਦਾ ਅਤੇ ਇੰਸਪੈਕਟਰ ਦਾ, ਤਾਂ ਸਾਡੀ ਪੁਲਿਸ ਪਾਰਟੀ ਨੇ ਉਹਨਾਂ ਨੂੰ ਬੇਨਤੀ ਕੀਤੀ ਵੀ ਜਿਹੜਾ ਹੈਗਾ ਤੁਸੀਂ ਇਹਨਾਂ ਦਾ ਘਿਰਾਓ, ਇਹਨਾਂ ਨੂੰ ਜਿਹੜਾ ਬੰਦੀ ਬਣਾਇਆ ਗਿਆ ਉਹਨਾਂ ਨੂੰ ਛੱਡਿਆ ਜਾਵੇ, ਅਸੀਂ ਜਿਹੜੀ ਤੁਹਾਡੀ ਪੈਡੀ ਦੀ ਜਿਹੜੀ ਬੋਲੀ ਹੈਗੀ ਉਹ ਰੂਲ ਦੇ ਅਨੁਸਾਰ ਜਿਹੜੀ ਹੈਗੀ ਅਸੀਂ ਬੋਲੀ ਕਰਵਾਵਾਂਗੇ। ਤਾਂ ਕਿਸਾਨ ਯੂਨੀਅਨ ਵਾਲੇ ਜਿਹੜੇ ਸੀ ਉਹਨਾਂ ਨੇ ਇਸ ਗੱਲ 'ਤੇ ਨਹੀਂ ਸਹਿਮਤੀ ਵੀ ਕੀਤੀ, ਜਿਸ 'ਤੇ ਥੋੜ੍ਹਾ ਸਾਡੇ ਮੁਲਾਜ਼ਮਾਂ ਨੇ ਉਹਨਾਂ ਨਾਲ ਕਿਹਾ ਕਿ ਇਹਨਾਂ ਨੂੰ ਜਿਹੜੇ ਬੰਦੀ ਬਣਾਏ ਗਏ ਸਾਡੇ ਅਫਸਰ ਨੇ ਗੇ ਉਹਨਾਂ ਨੂੰ ਛੱਡਿਆ ਜਾਵੇ। ਤਾਂ ਇਸ ਗੱਲ ਦੇ ਵਿੱਚ ਤਕਰਾਰ ਵੱਧ ਗਿਆ, ਤਾਂ ਉਹ ਜਿਹੜੇ ਕਿਸਾਨ ਯੂਨੀਅਨ ਵਾਲੇ ਸੀਗੇ ਉਹਨਾਂ ਨੇ ਸਾਡੇ 'ਤੇ ਜਿਹੜਾ ਸਾਡੀ ਪੁਲਿਸ ਪਾਰਟੀ ਦੇ ਉੱਤੇ ਉੱਥੇ ਅਟੈਕ ਕਰ ਦਿੱਤਾ, ਜਿਹਦੇ ਵਿੱਚ ਸਾਡੇ ਕੁਛ ਮੁਲਾਜ਼ਮ ਜਿਹੜੇ ਹੈਗੇ ਆ ਜ਼ਖਮੀ ਹੋਏ ਆ, ਔਰ ਸਾਡੀਆਂ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਵੀ ਉੱਥੇ ਭੰਨੀਆਂ ਗਈਆਂ ਨੇ। ਸਰ ਕਿਸ ਤਰ੍ਹਾਂ ਦੀ ਕਾਰਵਾਈ? ਅੰਮ੍ਰਿਤਸਰ ਦੇ ਦਿਹਾਤੀ ਖੇਤਰ 'ਚ ਗੈਂਗਸਟਰਾਂ ਅਤੇ ਪੁਲਿਸ ਦਰਮਿਆਨ ਗੋਲੀਬਾਰੀ ਹੋਣ ਦੀ ਖਬਰ ਹੈ। ਮੁਕਾਬਲੇ ਤੋਂ ਬਾਅਦ ਪੁਲਿਸ ਵੱਲੋਂ 5 ਗੈਂਗਸਟਰਾਂ ਨੂੰ ਫੜ ਲਿਆ ਗਿਆ, ਜਦੋਂ ਕਿ ਪੁਲਿਸ ਦੀ ਜਵਾਬੀ ਕਾਰਵਾਈ 'ਚ ਇੱਕ ਗੈਂਗਸਟਰ ਜ਼ਖਮੀ ਹੋਇਆ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਫੜੇ ਗਏ ਗੈਂਗਸਟਰ ਬਲਵਿੰਦਰ ਸਿੰਘ ਦੋਨੀ ਗੈਂਗ ਨਾਲ ਸੰਬੰਧਿਤ ਨੇ। ਜਾਣਕਾਰੀ ਅਨੁਸਾਰ ਗੈਂਗਸਟਰ ਅਤੇ ਪੁਲਿਸ ਵਿਚਾਲੇ ਮੁਕਾਬਲਾ ਸਰਹੱਦੀ ਖੇਤਰ ਲੋਪੋਕੇ ਪਿੰਡ ਕਲੇਰ 'ਚ ਹੋਇਆ। ਇਸ ਸੰਬੰਧੀ SSP ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਕੁਝ ਗੈਂਗਸਟਰਾਂ ਦੀ ਸੂਚਨਾ ਮਿਲੀ ਸੀ, ਜਿਸ ਨੂੰ ਲੈ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਨਾਕਾਬੰਦੀ ਚੱਲ ਰਹੀ ਸੀ। ਇਸੇ ਦੌਰਾਨ ਜਦੋਂ ਪੁਲਿਸ ਨੇ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਹਰਿਆਣਾ ਨੰਬਰ ਦੀ ਗੱਡੀ ਦੇ ਚਾਲਕ ਨੇ ਗੱਡੀ ਭਜਾ ਲਈ, ਉਪਰੰਤ ਮੁਲਜ਼ਮਾਂ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ। ਉਹਨਾਂ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਵਾਰਨਿੰਗ ਵੀ ਦਿੱਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੌਰਾਨ ਇੱਕ ਗੈਂਗਸਟਰ ਖੁਸ਼ਪ੍ਰੀਤ ਸਿੰਘ ਦੀ ਲੱਤ 'ਚ ਗੋਲੀ ਵੱਜੀ ਅਤੇ ਕੁੱਲ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਗੈਂਗਸਟਰਾਂ ਕੋਲੋਂ ਭਾਰੀ ਅਸਲਾ ਵੀ ਬਰਾਮਦ ਹੋਇਆ। ਇਹ ਜੀ ਸੋਰਸ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਦੋਨੀ ਜਿਹੜਾ ਗਰੁੱਪ ਆ ਆਪਣਾ ਗੈਂਗਸਟਰ ਮੋਡਿਊਲ ਚੱਲ ਰਿਹਾ ਉਹਨਾਂ ਦਾ ਪ੍ਰਭ ਦਾਸੂਵਾਲ, ਇਹਨਾਂ ਦੇ ਸ਼ੂਟਰ ਇੱਥੇ ਇਸ ਏਰੀਏ 'ਚ ਆਏ ਹੋਏ ਸੀ। ਉਸ ਇਨਫੋਰਮੇਸ਼ਨ ਦੇ ਵਰਕ ਕਰਦੇ ਹੋਏ ਨਾਲ ਰਾਊਂਡਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਆਮਦ ਵੇਖ ਕੇ ਫਾਇਰ ਕੀਤਾ ਸੀ। ਕ੍ਰੋਸ ਫਾਇਰ ਦੇ ਵਿੱਚ ਇੱਕ ਬਿਨਾਂ ਜ਼ਖਮੀ ਹੋਇਆ ਜੀ, 5 ਜਣੇ ਅਰੈਸਟ ਕੀਤੇ ਗਏ ਨੇ। ਅਤੇ ਸਰ ਕੀ ਕਹੇ ਕੌਣ ਨੇ ਕੀ ਇਹ ਸਾਰਾ ਪ੍ਰੈਸ ਡਿਟੇਲ ਤੁਹਾਨੂੰ ਕਾਨਫਰੰਸ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਸ਼ੋਰਟਲੀ,
ਉਹਦਾ ਤੁਹਾਨੂੰ ਸਾਰਾ ਡਿਟੇਲ ਉੱਥੇ ਮਿਲ ਜਾਏਗੀ। ਪੁਲਿਸ ਦੇ ਵੱਲੋਂ ਕਿੱਥੇ ਨਾਕਾ ਲਾਇਆ ਗਿਆ ਸੀ, ਕਿਹੜੀ ਗੱਡੀ ਨੂੰ ਰੋਕਿਆ ਗਿਆ? ਇਹ ਸੋਰਸ ਇਨਫੋਰਮੇਸ਼ਨ ਸੀ ਕਿ ਰਾਮਤੀ ਇੱਥੇ ਸ਼ੂਟਰ ਆਏ ਹੋਏ ਨੇ। ਗੱਡੀ ਕਿਹੜੀ ਸੀ ਜੀ ਉਹਨਾਂ? ਇਹ ਵਰਨਾਕਾਰ ਸੀ। ਤੇ ਕਿੰਨੇ ਜਾਣੇ ਵਿੱਚ ਸੀ? ਇਹ ਟੋਟਲ 5 ਜਣੇ ਅਰੈਸਟ ਹੋਏ। ਦਿੱਲੀ ਦੀ ਹਵਾ ਲਗਾਤਾਰ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਹਵਾ 'ਚ ਵੱਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਹੁਣ ਸਾਹ ਲੈਣ 'ਚ ਵੀ ਦਿੱਕਤ ਆ ਰਹੀ। ਹਾਲਾਤ ਇਹ ਨੇ ਕਿ ਦਿੱਲੀ ਦੇ ਜ਼ਹਿਰੀਲੇ ਮਾਹੌਲ ਦਾ ਲੋਕਾਂ ਦੀ ਸਿਹਤ 'ਤੇ ਵੀ ਬੁਰਾ ਪ੍ਰਭਾਵ ਪੈ ਰਿਹਾ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਹਵਾ ਪ੍ਰਦੂਸ਼ਣ ਦੀ ਸਥਿਤੀ ਲਗਾਤਾਰ ਖਰਾਬ ਬਣੀ ਹੋਈ ਹੈ। ਇੱਥੇ ਔਸਤ ਏਅਰ ਕੁਆਲਿਟੀ ਇੰਡੈਕਸ 354 ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਅਤੇ ਕੰਟਰੋਲ ਬੋਰਡ ਦੇ ਅਨੁਸਾਰ ਰਾਜਧਾਨੀ ਦਿੱਲੀ 'ਚ ਸਵੇਰੇ 5:55 'ਤੇ ਔਸਤ ਹਵਾ ਗੁਣਵੱਤਾ ਸੂਚਕਾਂਕ 354 ਦਰਜ ਹੋਇਆ, ਜਦੋਂ ਕਿ ਦਿੱਲੀ NCR ਸ਼ਹਿਰ ਫਰੀਦਾਬਾਦ 'ਚ ਏਅਰ ਕੁਆਲਿਟੀ ਇੰਡੈਕਸ 229, ਗੁਰੂਗ੍ਰਾਮ 'ਚ 222, ਗਾਜ਼ੀਆਬਾਦ 'ਚ 320 ਅਤੇ ਗ੍ਰੇਟਰ ਨੋਇਡਾ 'ਚ 285 ਦਰਜ ਕੀਤਾ ਗਿਆ। ਸੰਗਰੂਰ ਦੇ ਭਵਾਨੀਗੜ੍ਹ 'ਚ ਤੜਕਸਾਰ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਿਕ ਭਵਾਨੀਗੜ੍ਹ ਦੇ ਵਿੱਚ PRTC ਦੇ ਟਰੱਕ ਦੇ ਵਿਚਕਾਰ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਇਸ ਹਾਦਸੇ 'ਚ ਬੱਸ 'ਚ ਸਵਾਰ 4 ਸਵਾਰੀਆਂ ਜ਼ਖਮੀ ਹੋ ਗਈਆਂ। ਗਨੀਮਤ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਦੱਸ ਦਈਏ ਕਿ ਹਾਦਸੇ ਦਾ ਕਾਰਨ ਸੰਘਣੀ ਧੁੰਦ ਅਤੇ ਏਅਰ ਕੁਆਲਿਟੀ ਖਰਾਬ ਹੋਣ ਨਾਲ ਮੰਨਿਆ ਜਾ ਰਿਹਾ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ 'ਚ ਭਰਤੀ ਕਰਵਾਇਆ ਗਿਆ। ਉੱਥੇ ਹਾਦਸੇ ਦੌਰਾਨ PRTC ਮੁਲਾਜ਼ਮ ਅਤੇ ਟਰੱਕ ਓਪਰੇਟਰਾਂ ਦੀ ਆਪਸ 'ਚ ਬਹਿਸ ਵੀ ਹੋਈ ਸੀ। ਹਾਲਾਂਕਿ ਨੈਸ਼ਨਲ ਹਾਈਵੇ 'ਤੇ ਬਣਾਏ ਗਏ ਸਿੱਧੇ ਕੱਟਾਂ ਨੂੰ ਵੀ ਹਾਦਸਿਆਂ ਦਾ ਕਾਰਨ ਦੱਸਿਆ ਜਾ ਰਿਹਾ। ਇਹ ਹਾਦਸਾ ਇਹ ਸਵੇਰੇ ਇੱਕ ਨਾ ਧੁੰਦ ਕਾਰਨ ਹੋਇਆ ਥੋੜ੍ਹਾ ਜਿਹਾ। ਇਹ ਠੀਕ ਹੈ ਜੀ, ਇਹ ਜਿਹੜਾ ਟਰੱਕ ਵਾਲਾ ਸੀਗਾ ਇਹਨੇ ਅੱਗੇ ਪਿੱਛੇ ਦੇਖਿਆ ਨੇ ਵੀ ਖਾਲੀ, ਇਹਨੇ ਸੋਚਿਆ ਵੀ ਖਾਲੀ ਆ, ਇਹ ਇੱਥੋਂ ਬੈਕ ਕਰ ਰਿਹਾ ਸੀਗਾ। ਠੀਕ ਹੈ ਜੀ, ਪਿੱਛੋਂ PRTC ਬੱਸ ਆਈ, ਬੱਸ ਵਾਲੇ ਨੇ ਅੱਗੇ ਟਰੱਕ ਦੇਖਿਆ ਨਹੀਂ, ਇਹਨਾਂ ਧੁੰਦ 'ਚ ਦੇਖਿਆ ਨਹੀਂ, ਉਹਨੇ ਆ ਕੇ ਉਹਦੇ ਵਿੱਚ ਲੱਗੀ। ਠੀਕ ਹੈ, ਤਾਂ ਸਵਾਰੀਆਂ ਦੀ ਬੱਚਤ ਹੈ? ਸਵਾਰੀਆਂ ਦੇ ਲੱਗੀ ਆ, ਮਤਲਬ 5-10 ਦੇ ਸਵਾਰੀਆਂ ਲੱਗੇ ਨੇ, ਸੱਟਾਂ ਮੂਲੀ ਸੱਟਾਂ ਆਈਆਂ ਨੇ। ਕੀ ਲੱਗਦਾ ਧੁੰਦ ਕਾਰਨ ਇਹ ਹਾਦਸਾ? ਇਹ ਧੁੰਦ ਕਾਰਨ ਹੋਇਆ, ਇਹ ਧੁੰਦ ਕਾਰਨ ਹੋਇਆ। ਹਲਕਾ ਡੇਰਾ ਬਾਬਾ ਨਾਨਕ ਵਿਖੇ ਜ਼ਿਮਨੀ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ। ਪ੍ਰਤਾਪ ਸਿੰਘ ਬਾਜਵਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨੇ ਸਾਧਦੇ ਕਿਹਾ ਕਿ ਇੱਕ ਚੋਰ ਜੱਜ ਦਾ ਰੋਲ ਅਦਾ ਕਰ ਸਕਦਾ ਹੈ। ਚੁਟਕਲੇ ਅੰਦਾਜ਼ 'ਚ ਉਹਨਾਂ ਕਿਹਾ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ। ਸ਼ਾਇਰੀ ਅੰਦਾਜ਼ 'ਚ ਕਿਹਾ ਕਿ ਜੋ ਖੁਦ ਜੇਲ੍ਹ ਕੱਟ ਕੇ ਆਇਆ ਹੋਵੇ ਅਤੇ ਜ਼ਮਾਨਤ 'ਤੇ ਹੋਵੇ, ਉਹ ਕਿਸੇ ਦੀ ਕੀ ਤੁਲਨਾ ਕਰ ਸਕਦਾ ਹੈ। ਗੈਂਗਸਟਰ ਦੇ ਮੁੱਦਿਆਂ 'ਤੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੀ ਨਿਸ਼ਾਨੇ ਸਾਧੇ। ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ 'ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਵੀ ਮੌਜੂਦ ਸਨ। ਗੱਲ ਕਰਦੇ ਹੋਏ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੱਚ 'ਤੇ ਪਹਿਰਾ ਦਿੰਦੀ ਹੈ ਅਤੇ ਹਮੇਸ਼ਾ ਹੀ ਸੱਚ ਬੋਲਦੇ ਰਹਾਂਗੇ। ਧਾਲੀਵਾਲ ਨੇ ਕਿਹਾ ਕਿ ਇਹਨਾਂ ਰਵਾਇਤੀ ਪਾਰਟੀਆਂ ਦੇ ਲੀਡਰਾਂ ਦੀ ਧੌਣ 'ਚ ਕਿੱਲਾ ਗੱਜਣਾ, ਇਸੇ ਕਰਕੇ ਹੀ ਲੋਕਾਂ 'ਚ ਵਿਚਰਿਆ ਜਾ ਰਿਹਾ ਅਤੇ ਇਹਨਾਂ ਦੇ ਦਿਮਾਗ ਸਹੀ ਕਰਨੇ ਨੇ, ਕਿਉਂਕਿ ਇਹਨਾਂ ਦਾ ਦਿਮਾਗ ਖਰਾਬ ਹੋ ਚੁੱਕਿਆ। ਉਹਨਾਂ ਕਿਹਾ ਕਿ ਨਾ ਤਾਂ ਇਹਨਾਂ ਨੂੰ DC ਸਾਹਿਬਾਨਾਂ ਨਾਲ ਬੋਲਣ ਦਾ ਪਤਾ ਹੈ ਅਤੇ ਨਾ ਹੀ ਇਹਨਾਂ ਨੂੰ ਪੁਲਿਸ ਦੇ DSP ਸਾਹਿਬ ਨਾਲ ਬੋਲਣ ਦਾ ਕੋਈ ਲਹਿਜ਼ਾ। ਜਿਹੜਾ ਉਹਨਾਂ ਨੇ ਪੋਸਟਰ ਕੱਢਿਆ ਉੱਤੇ ਲਿਖਿਆ ਸੇਵਾ ਤੁਹਾਡੀ ਬਰਦਾਸ਼ਤ ਸਾਡੀ, 27 'ਚ ਮੁੰਡਾ ਇਲੈਕਸ਼ਨ ਲੜੂਗਾ ਉਹਦੀ ਵੀ ਫੋਟੋ ਲਾਤੀ। ਤੁਸੀਂ ਦੇਖੋ 50 ਸਾਲ ਹੋ ਗਿਆ ਮੇਰਾ ਢਿੱਡ ਨਹੀਂ ਭਰਿਆ ਲੁੱਟ ਕੇ ਲੋਕਾਂ ਨੂੰ ਕੁੱਟ ਕੇ ਲੁੱਟ ਕੇ ਇਹਨਾਂ ਦਾ ਢਿੱਡ ਨਹੀਂ ਭਰਿਆ। ਅਗਲੀ ਪੀੜ੍ਹੀ ਵੀ
ਕਹਿੰਦੇ ਹੁਣ ਅੱਗੇ ਸਾਡਾ ਮੁੰਡਾ ਡੇਰੇ ਬਾਬੇ ਨਾਨਕ ਦਾ ਐਮ ਐਲ ਏ ਹੋਊਗਾ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਇਹ ਜਿਹੜਾ ਪਰਿਵਾਰਵਾਦ ਇੱਥੋਂ ਖਤਮ ਕਰਦਾ, ਇਹਨਾਂ ਦੀ ਧੌਣ ਦੇ ਵਿੱਚ ਸਲੀਆਂ ਵੀ ਤਾਂ ਹੈ, ਇਹਨਾਂ ਦੀ ਧੌਣ ਚੋਂ ਕਿੱਲਾ ਕੱਢਣਾ। ਇਹ ਅਫਸਰਾਂ ਨੂੰ ਗਲਤ ਬੋਲਦੇ ਆ, ਡੀਸੀਆਂ ਨੂੰ ਗਲਤ ਬੋਲਦੇ ਆ, ਲੋਕਾਂ ਨੂੰ ਗਲਤ ਬੋਲਦੇ, ਕਿਉਂਕਿ 50-55 ਸਾਲ ਤੋਂ ਇਹਨਾਂ ਦਾ ਕਬਜ਼ਾ ਹੈ, ਇਹ ਕਿਸੇ ਨੂੰ ਉੱਠਣ ਨਹੀਂ ਦਿੰਦੇ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ। ਫੋਰ ਆਲ ਯੂਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ, ਕਾਲ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ। ਰੋਡਿਸ ਇੰਕ, ਮਿਲੀਅਨ ਮਾਈਲਸ ਵਿਦ ਸਮਾਈਲ, ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ। Flying Bird Truck Repair, trust we build in truck repair, or scan QR code to contact us. The Masala Twist Oxnard Fine Authentic Indian Cuisine, or scan QR code to contact us. Pizza Twist, taste with twist, order today, call or visit website, or scan QR code to contact us. New India Market, or scan QR code to contact us. Taba Indian Cuisine, Tracy Fine Authentic Indian Cuisine in Tracy, or scan QR code to contact us. Bila Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Appa Kadahi made and served with love, scan this QR code to contact us. Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.